ਬੜੇ ਸ਼ਰੀਫ ਡਾਕਟਰ ਨੇ, ਮਕਾਨ ਮਾਲਕ ਉਹਨਾਂ ਦਾ ਘਰ ਹੈ, ਅਤੇ ਅਸੀਂ ਇੱਥੇ ਜਿਹੜਾ ਉਹ ਆਫਿਸ ਬਣਾ ਲਿਆ। 10 ਜੁਲਾਈ ਤੱਕ ਨਹੀਂ ਲਿਆ ਉਹ ਘਰ, ਉਹ ਘਰ ਕਈ ਸਾਲਾਂ ਤੱਕ ਲਿਆ। ਹਫ਼ਤੇ 'ਚੋਂ 2 ਤੋਂ 3 ਦਿਨ ਮੈਂ ਖੁਦ ਆਊਂਗਾ, ਤੁਹਾਨੂੰ ਪਹਿਲਾਂ ਦੱਸ ਦਿਆ ਕਰਾਂਗੇ ਕਿ ਇਸ ਹਫ਼ਤੇ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਹੈ, ਅਗਲੇ ਹਫ਼ਤੇ ਹੋ ਸਕਦਾ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਹੋਵੇ, ਕਿ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਣੀ। ਤੁਸੀਂ ਇੱਥੇ ਆਪਣੇ ਮੁੱਖ ਮੰਤਰੀ ਨੂੰ, ਆਪਣੀ ਸਰਕਾਰ ਨੂੰ ਮਿਲ ਸਕਦੇ ਹੋ। ਇਹਦੇ ਨਾਲ ਤੁਹਾਡਾ 150 ਤੋਂ 200 ਕਿਲੋਮੀਟਰ ਦਾ ਜਾਣ ਆਉਣ ਦਾ ਰਸਤਾ ਵੀ ਘਟੂਗਾ ਅਤੇ ਖਰਚਾ ਵੀ ਘਟੂਗਾ। ਹੁਣ ਰਹੀ ਗੱਲ ਜਲੰਧਰ ਪੱਛਮੀ ਦੀ, ਸਾਰੇ ਪਾਸੇ ਰਿਪੋਰਟਾਂ ਬਹੁਤ ਵਧੀਆ ਨੇ, ਮਾਵਾਂ ਭੈਣਾਂ ਇੰਨੀ ਗਿਣਤੀ 'ਚ ਆਈਆਂ ਨੇ, ਇਸੇ ਗੱਲ ਦਾ ਸਬੂਤ ਨੇ, ਕਿਉਂਕਿ ਇਹ ਚੁੱਲ੍ਹੇ 'ਤੇ ਰਹਿੰਦੀਆਂ ਨੇ, ਇਹਨਾਂ ਨੂੰ ਪਤਾ ਹੈ ਖਰਚੇ ਕਿੰਨੇ ਨੇ, ਮਹਿੰਗਾਈ ਕਿੰਨੀ ਵੱਧ ਗਈ। ਬੰਦੇ ਨੇ ਤਾਂ ਆ ਕੇ ਪੁੱਛ ਹੀ ਲੈਣਾ ਹੁੰਦਾ ਸ਼ਾਮ ਨੂੰ ਕਿ ਕੀ ਬਣਾਇਆ, ਪਰ ਉਹ ਕਿਵੇਂ ਬਣਾਇਆ ਇਹ ਉਹਨਾਂ ਨੂੰ ਪਤਾ ਹੁੰਦਾ, ਕਿਹੜੇ ਹਾਲਾਤਾਂ 'ਚ ਬਣਾਇਆ ਉਹ ਇਹਨਾਂ ਨੂੰ ਪਤਾ ਹੁੰਦਾ। ਸੋ ਖੁਸ਼ੀ ਹੈ ਕਿ ਤੁਸੀਂ ਆਏ ਹੋ, ਔਰ ਸਾਰੇ ਜਿੰਨੇ ਵੀ ਗਲੀਆਂ ਨਾਲੀਆਂ ਦੇ ਛੋਟੇ ਮੋਟੇ ਕੰਮ ਨੇ ਮੇਰੇ ਧਿਆਨ 'ਚ ਆ ਗਏ, ਇਕੱਲੇ ਪੱਛਮੀ ਦੇ ਨਹੀਂ, ਸਾਰੇ ਜਲੰਧਰ ਦੇ ਹੀ ਆ ਗਏ। ਜਲੰਧਰ ਕਿਸੇ ਵੇਲੇ ਰਾਜਧਾਨੀ ਹੁੰਦੀ ਸੀ, ਪਾਰਟੀਸ਼ਨ ਤੋਂ ਤੁਰੰਤ ਬਾਅਦ ਜਿਹੜਾ ਕਮਿਸ਼ਨਰ ਦਾ ਘਰ ਹੈ ਜਲੰਧਰ ਦਾ, ਉੱਥੇ 4 ਮਹੀਨੇ ਮੁੱਖ ਮੰਤਰੀ ਪੰਜਾਬ ਰਿਹਾ ਸੀ, ਜਦੋਂ ਵੰਡ ਹੋਈ ਸੀ, ਲਾਹੌਰ ਆਪਣੀ ਰਾਜਧਾਨੀ ਸੀ, ਉਹ ਜਲੰਧਰ ਬਣ ਗਈ ਸੀ ਫਿਰ ਆ ਕੇ। ਸੋ ਤੁਹਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ, ਬਹੁਤ ਸਾਰੇ ਸਾਡੇ ਵਲੰਟੀਅਰ ਖੜ੍ਹੇ ਨੇ, ਚੇਅਰਮੈਨ ਖੜ੍ਹੇ ਨੇ, ਅਹੁਦੇਦਾਰ ਖੜ੍ਹੇ ਨੇ, ਤੁਸੀਂ ਬਹੁਤ ਚੰਗਾ ਨੇਕ ਕੰਮ ਕਰ ਰਹੇ ਹੋ, ਜੋ ਸਰਕਾਰ ਨੇ ਕੰਮ ਕੀਤੇ ਨੇ ਉਹਨਾਂ ਤੱਕ ਤੁਹਾਡੇ ਤੱਕ ਪਹੁੰਚਾ ਰਹੇ ਹਾਂ। 43,000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜ੍ਹਾਂ, 1 ਰੁਪਈਆ ਵੀ ਕੋਈ ਬੰਦਾ ਕਹਿ ਦੇ, 1 ਨੌਕਰੀ ਦਾ 1 ਰੁਪਈਆ ਵੀ, ਤਾਂ ਮੈਂ ਜ਼ਿੰਮੇਵਾਰ ਹੋਊਂਗਾ। ਕੋਈ ਸਿਫਾਰਿਸ਼ ਲੱਗੀ ਹੋਵੇ, ਕਿਸੇ ਦੀ ਸਿਫਾਰਿਸ਼ 'ਤੇ ਲੱਗਿਆ ਹੋਵੇ, 450 ਨੰਬਰਾਂ ਵਾਲਾ ਰਹਿ ਗਿਆ ਹੋਵੇ, 350 ਨੰਬਰਾਂ ਵਾਲਾ ਨੌਕਰੀ ਲੈ ਗਿਆ ਹੋਵੇ, ਇਹ ਹੋ ਨਹੀਂ ਸਕਦਾ। ਸੋ ਆਪਣੇ ਬੱਚਿਆਂ ਨੂੰ ਵੀ ਕਹੋ, ਤੁਸੀਂ ਪੜ੍ਹੋ, ਪੜ੍ਹ ਕੇ ਨੰਬਰ ਲਓ, ਸਰਕਾਰ ਦੀ ਘਰੇ ਚਿੱਠੀ ਆਊਗੀ ਕਿ ਆ ਜਾ ਭਾਈ, ਫਲਾਨੀ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਹੈ। ਸੋ ਵੀਰੋ, ਬੰਦਾ ਨਾਮ ਦਾ ਵੀ ਭਗਤ ਹੈ ਤੇ ਬੰਦਾ ਕੰਮ ਦਾ ਵੀ ਭਗਤ ਹੈ, ਸੱਚੀ ਮੁੱਚੀ ਭਗਤ ਹੈ ਮਹਿੰਦਰ ਭਗਤ। ਮੈਨੂੰ ਇਸ ਇਲਾਕੇ ਬਾਰੇ ਪਤਾ ਲੱਗਿਆ ਕਿ ਜੂਏਬਾਜ਼ੀ ਦੇ, ਸੱਟੇਬਾਜ਼ੀ ਦੇ ਕਾਫੀ ਅੱਡੇ ਚੱਲਦੇ ਆ, ਲੁੱਟਾਂ ਖੋਹਾਂ ਦੇ ਵਿੱਚ ਵੀ। ਇੱਥੇ ਗਰੀਬਾਂ ਨੂੰ ਜਦੋਂ ਤਨਖਾਹ ਮਿਲਦੀ ਹੈ ਤਾਂ ਮੈਂ ਸਾਰੇ ਉਹ ਆਰਡਰ ਕਰਤੇ ਪਹਿਲਾਂ ਹੀ, ਪਰਮਾਤਮਾ ਕੋਈ ਵਿਧੀ ਬਣਾਉਂਦਾ। ਮੈਂ ਇਸ ਹਲਕੇ 'ਚ ਇੰਨਾ ਨੇੜਿਓਂ ਦੇਖਿਆ, ਮੈਂ ਗਲੀਆਂ 'ਚ ਫਿਰਦਾ, ਮੇਰੇ 2 ਪ੍ਰੋਗਰਾਮ ਅਜੇ ਹੋਰ ਨੇ ਇੱਦਾਂ ਦੇ। ਨਹੀਂ, ਆਮ ਤੌਰ 'ਤੇ ਕੀ ਹੁੰਦਾ, ਮੁੱਖ ਮੰਤਰੀ ਨਹੀਂ ਆਉਂਦਾ, ਬਸ ਐਂ ਕਰਕੇ ਕੰਮ ਬਣ ਜਾਂਦਾ ਸੀ ਉਹਨਾਂ ਦਾ। ਉਹ ਹਜੇ ਵੀ ਨਹੀਂ ਆਉਂਦੇ,
ਮੈਂ ਤਾਂ ਮੁੱਖ ਮੰਤਰੀ ਬਣ ਕੇ ਵੀ ਆ ਰਿਹਾ, ਮੈਨੂੰ ਚਾਹ ਹੈ ਲੋਕਾਂ ਨੂੰ ਮਿਲਣ ਦਾ, ਉਹ ਦੂਜੇ ਹਜੇ ਵੀ ਨਹੀਂ ਆਉਂਦੇ। ਰਾਹੁਲ ਗਾਂਧੀ ਆਊਗਾ ਇੱਥੇ ਕਾਂਗਰਸ ਵਾਸਤੇ? ਨਹੀਂ ਆਉਂਦਾ, ਕਿਉਂਕਿ ਉਹਨਾਂ ਨੇ ਕਹਿਣਾ ਕੋਈ ਬਾਤ ਨਹੀਂ, ਅਗਰ ਨਹੀਂ ਆਏ ਤਾਂ ਨਹੀਂ ਆਏ, ਉਹਨਾਂ ਨੇ ਕੀ ਲੈਣਾ ਇਹਨਾਂ ਕੰਮਾਂ ਤੋਂ, ਉਹਨਾਂ ਨੂੰ ਗਲੀਆਂ ਨਾਲੀਆਂ ਨਾਲ ਕੀ ਪਾ। ਅੱਜ ਗਲੀਆਂ ਦੀ ਸੀਵਰੇਜ ਦੀ ਲਾਈਟਾਂ ਦੀ ਪ੍ਰੋਬਲਮ ਹੈ, ਇਹ ਕਿਹਦੇ ਅੰਡਰ ਆਉਂਦਾ ਕੰਮ? ਕਾਰਪੋਰੇਸ਼ਨ, ਜਲੰਧਰ ਕਾਰਪੋਰੇਸ਼ਨ। ਜਲੰਧਰ ਕਾਰਪੋਰੇਸ਼ਨ ਕਿਹਦੇ ਕੋਲ ਹੈ? ਕਾਂਗਰਸ ਕੋਲ। ਆ ਬੀਬੀ ਸੁਰਿੰਦਰ ਕੌਰ ਕੌਣ ਹੈ? ਡਿਪਟੀ ਮੇਅਰ। ਜੇ ਉਹ ਆਪਦੇ ਵਾਰਡ 'ਚ ਨਹੀਂ ਕੰਮ ਕਰਾ ਸਕੀ, MLA ਬਣ ਕੇ ਕੀ ਕੰਮ ਕਰਾ ਦੂਗੀ? ਉਹਦਾ ਫਰਜ਼ ਬਣਦਾ ਸੀ ਪਹਿਲਾਂ ਹੀ ਕਰਕੇ ਆਉਂਦੀ, ਤਾਂ ਸ਼ਾਇਦ ਵੋਟਾਂ ਮੰਗਣ ਦੀ ਵੀ ਨਾ ਲੋੜ ਪੈਂਦੀ। ਕੋਈ ਗੱਲ ਨਹੀਂ, ਰੱਬ ਜੋ ਕਰਦਾ ਠੀਕ ਹੀ ਕਰਦਾ। ਹੁਣ ਤੁਸੀਂ ਆਪਣਾ MLA ਬਣਾਓ, ਅਰਜੀ ਇਹ ਲਿਖਿਆ ਕਰੋ ਸਾਈਨ ਮੇਰੇ ਹੋਇਆ ਕਰਨਗੇ, ਗੱਲ ਦੀ ਗਰੰਟੀ ਹੈ ਬਸ। ਮੈਨੂੰ ਬਹੁਤ ਪੱਤਰਕਾਰਾਂ ਦੇ ਫੋਨ ਆਉਂਦੇ ਨੇ, ਕਹਿੰਦੇ ਜੀ ਤੁਸੀਂ ਗਲੀਆਂ 'ਚ ਫਿਰਦੇ ਹੋ, ਇੰਨੀ ਮਿਹਨਤ ਕਾਹਦੇ ਵਾਸਤੇ? ਮੈਂ ਕਿਹਾ ਜੀ ਮੈਨੂੰ ਮੇਰੀਆਂ ਗਲੀਆਂ ਨੇ, ਮੇਰੇ ਪੰਜਾਬ ਦੀਆਂ ਗਲੀਆਂ ਨੇ, ਮੈਨੂੰ ਵੀ ਹੱਕ ਹੈ, ਮੈਂ ਗਲੀਆਂ 'ਚ ਜਾਵਾਂ, ਮੈਂ ਦੁਕਾਨਾਂ 'ਤੇ ਜਾਵਾਂ, ਮੈਂ ਲੋਕਾਂ ਨੂੰ ਮਿਲਾਂ। ਇਹ ਕਿਉਂ ਹੋ ਗਈ ਵੀ ਮੁੱਖ ਮੰਤਰੀ ਮਿਲਦਾ ਨਹੀਂ ਹੁੰਦਾ, ਮੁੱਖ ਮੰਤਰੀ ਗਲੀਆਂ 'ਚ ਨਹੀਂ ਜਾਂਦਾ ਹੁੰਦਾ? ਕਿਉਂ ਨਹੀਂ ਜਾਂਦਾ ਹੁੰਦਾ ਬਈ, ਕਿਉਂ ਨਹੀਂ ਜਾਂਦਾ ਹੁੰਦਾ? ਤਾਂ ਮੈਂ ਤੁਹਾਡੇ 'ਚੋਂ ਤਾਂ ਨਿਕਲਿਆ, ਮੈਂ ਵੀ ਤੁਹਾਡੇ ਵਰਗਾ ਹੀ ਹਾਂ। ਇਹਨਾਂ ਗਲੀਆਂ 'ਚੋਂ ਹੀ, ਪਿੰਡਾਂ ਦੇ ਛੋਟੇ ਛੋਟੇ ਘਰਾਂ 'ਚੋਂ ਅਸੀਂ ਨਿਕਲੇ ਹੋਏ ਹਾਂ, ਤਾਂ ਸਾਨੂੰ ਕੌਣ ਰੋਕ ਦੂਗਾ ਵੀ ਇੱਥੇ ਵਾਪਸ ਆਉਣ ਤੋਂ? ਹਾਂ, ਜਿਹੜੇ ਮਹਿਲਾਂ 'ਚੋਂ ਨਿਕਲਿਆ ਜਾਂ ਜਿਹਨਾਂ ਦੇ ਘਰ ਹੀ ਐਡੇ ਵੱਡੇ ਆ, ਕਿ ਤਿਹਾੜ ਜੇਲ੍ਹ ਜਿਹੜੀਆਂ ਜਿਹੜੀਆਂ ਤਾਂ ਉਹਨਾਂ ਦੀਆਂ ਕੰਧਾਂ ਨੇ, ਕੋਈ ਬੰਦਾ ਦੇਖ ਹੀ ਨਹੀਂ ਸਕਦਾ। ਉਹਨਾਂ ਨੂੰ ਇੱਥੇ ਉਹਨਾਂ ਨੇ ਇੱਥੇ ਆਉਣਾ ਨਹੀਂ। ਆ ਦੇਖ ਲਓ ਅਕਾਲੀ ਦਲ ਦਾ ਹਾਲ, ਦੇਖ ਲਓ ਅਕਾਲੀ ਦਲ ਦਾ। ਤੱਕੜੀ ਦੀਆਂ ਰੱਸੀਆਂ ਟੁੱਟ ਗਈਆਂ, ਸੁਖਬੀਰ ਬਾਦਲ ਹਾਥੀ 'ਤੇ ਚੜ੍ਹਿਆ ਫਿਰਦਾ। ਤੱਕੜੀ ਕਿਧਰੇ ਹੋਰ ਹੈ, ਸੁਖਬੀਰ ਬਾਦਲ ਕਿਧਰੇ ਹੋਰ ਹੈ, ਉਹ ਹਾਥੀ 'ਤੇ ਫਿਰਦਾ। ਆਹੀ ਹਾਲ ਕਾਂਗਰਸ ਦਾ ਹੋਇਆ ਪਿਆ, ਕੋਈ ਕਿਧਰੇ ਹੋਰ ਹੈ, ਕੋਈ ਇੱਧਰ ਨੂੰ ਫਿਰਦਾ, ਕੋਈ ਇੱਧਰ ਨੂੰ ਫਿਰਦਾ। ਇਹ ਸੀਟ ਦੇ, ਜੇ ਕਾਂਗਰਸ ਇਹ ਸੀਟ ਜਿੱਤ ਜਾਂਦੀ ਹੈ, ਇਹਦੇ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ, ਨਾ ਉਹਨਾਂ ਦੀ ਬਣਦੀ ਹੈ ਨਾ ਸਾਡੀ ਟੁੱਟਦੀ ਹੈ। ਪਰ ਹਾਂ, ਜੇ ਆਮ ਆਦਮੀ ਪਾਰਟੀ ਇਹ ਸੀਟ ਜਿੱਤਦੀ ਹੈ, ਤੁਹਾਡਾ ਸਰਕਾਰ 'ਚ ਹਿੱਸਾ ਪੈ ਜਾਊਗਾ। ਤੁਸੀਂ 13 ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਓ, ਅਗਲੀਆਂ ਪੌੜੀਆਂ ਚੜ੍ਹਾਉਣਾ ਮੇਰਾ ਕੰਮ ਹੈ। ਆ ਬੇਨਤੀ ਕਰਨਾ ਆ, ਆਪਣਾ ਤਾਂ ਚੁਣਾਅ ਚੋਣ ਨਿਸ਼ਾਨ ਵੀ ਬਹੁਤ ਵਧੀਆ, ਮਾਵਾਂ ਭੈਣਾਂ ਤਾਂ ਦੱਸਣ ਦੀ ਲੋੜ ਨਹੀਂ। ਇਹ ਤਾਂ ਸਵੇਰੇ ਸਵੇਰੇ 5 ਵਜੇ 5:30 ਵਜੇ ਹਨੇਰੇ 'ਚ ਵੀ ਲੱਭ ਲੈਂਦੀਆਂ ਨੇ ਕਿੱਥੇ ਜੇ ਪਿਆ। ਅਤੇ ਤੁਸੀਂ ਬਹੁਤਾ ਨਾ ਹੱਸੋ, ਬਾਲਾ ਖੁਸ਼ ਨਾ ਹੋ, ਮੈਂ ਮੇਰੇ ਵੀਰਾਂ ਨੂੰ ਕਹਿਣਾ ਚਾਹੁੰਦਾ, ਲੋੜ ਪੈ ਜੇ ਸ਼ਾਮ ਨੂੰ ਵੀ ਲੱਭ ਲੈਂਦੀਆਂ ਕਿੱਥੇ ਜੇ ਪਿਆ। ਪਰ ਕਰਦਾ ਸਫਾਈ ਹੋਈ ਆ ਉਹ। ਸੋ ਝਾੜੂ ਦਾ ਚੋਣ ਨਿਸ਼ਾਨ ਹੈ, ਅਰਵਿੰਦ ਕੇਜਰੀਵਾਲ ਦਾ ਚੋਣ ਨਿਸ਼ਾਨ ਹੈ। ਇੱਕ ਇੱਕ ਵੋਟ ਕੇਜਰੀਵਾਲ ਨੂੰ ਪਊਗੀ, ਇੱਕ ਇੱਕ ਵੋਟ